ਬਲੰਦ ਵੀਜੀ ਦੀ ਆਖਰੀ ਕਵਿਤਾ ਆਪਣੀ ਪੋਸਤਕ ਵਿੱਚ ਦਰਜ ਹੈ ਅੰਗੂਠਾ ਬੱਚਿਓ ਇਹ ਕਵਿਤਾ ਦਾ ਸੰਬੰਧ ਕਵੀ ਇਤਿਹਾਸ ਦੇ ਨਾਲ ਜੋੜਦਾ ਹੈ ਤੁਸੀਂ ਸੁਣੀ ਹੋਏਗੀ ਮਹਾਭਾਰਤ ਦੇ ਵਿੱਚ ਵੀ ਇੱਕ ਕਹਾਣੀ ਕਿ ਇਕਲਵਯਾ ਨਾਂ ਦਾ ਦਾਦਾ ਲੈ ਤੇ ਜੋ ਕਿ ਦਰੋਣਾਚਾਰਿਆ ਦੀ ਮੂਰਤੀ ਬਣਾ ਕੇ ਸ਼ਸਤਰ ਵਿਦਿਆ ਸਿੱਖ ਜਾਂਦਾ ਹੈ ਤੇ ਜਦੋਂ ਇਸ ਗੱਲ ਦਾ ਪਤਾ ਦਰੋਣਾਚਾਰਿਆ ਨੂੰ ਲੱਗਦਾ ਹੈ ਤਾਂ ਉਹ ਗੁਰੂ ਦਕਸ਼ਨਾ ਵਿੱਚ ਇਕਲਵਯਾ ਦਾ ਅੰਗੂਠਾ ਮੰਗ ਲੈਂਦਾ ਹੈ ਕਿਉਂਕਿ ਉਹ ਦਲੇਤਾ ਦਲਿਤ ਨੂੰ ਸ਼ਾਸਤਰ ਵਿਦਿਆ ਜਾਂ ਕਿਸੇ ਵੀ ਤਰ੍ਹਾਂ ਦੀ ਵਿਦਿਆ ਤੋਂ ਵਰਜਿਤ ਕੀਤਾ ਜਾਂਦਾ ਸੀਗਾ ਜਦੋਂ ਹੁਣ ਦਰੋਣਾਚਾਰਿਆ ਨੂੰ ਇਸ ਗੱਲ ਦਾ ਪਤਾ ਲੱਗਦਾ ਹੈ ਕਿ ਇਕਲਵਯਾ ਉਹਨੂੰ ਗੁਰੂ ਮੰਨਦਾ ਹੈ ਤੇ ਉਹਨੇ ਗੁਰੂ ਦਕਸ਼ਣਾ ਵੀ ਉਹਦੀ ਮੂਰਤੀ ਬਣਾ ਕੇ ਹੀ ਸਿੱਖ ਲਈ ਹੈ ਤਾਂ ਗੁਰੂ ਦਕਸ਼ਣਾ ਦੇ ਵਿੱਚ ਅੰਗੂਠਾ ਮੰਗ ਲੈਂਦਾ ਤੇ ਇਕਲਵਯ ਆਪਣਾ ਅੰਗੂਠਾ ਦਰੋਣਾਚਾਰਿਆ ਨੂੰ ਭੇਟ ਵੀ ਕਰ ਦਿੰਦਾ ਤੇ ਇਹ ਅੰਗੂਠਾ ਕਿਉਂ ਮੰਗਿਆ ਸੀਗਾ ਦਰੋਣਾਚਾਰਿਆ ਨੇ ਤਾਂ ਕਿ ਉਹ ਸ਼ਸਤਰ ਨਾ ਚਲਾ ਸਕੇ ਪਰ ਇਕਲਵਯ ਨੇ ਅੰਗੂਠਾ ਦੇਣ ਦੇ ਬਾਵਜੂਦ ਵੀ ਸ਼ਸਤਰ ਚਲਾਏ ਤੇ ਜਿਨ੍ਹਾਂ ਨੂੰ ਦੇਖ ਕੇ ਦਰੋਣਾਚਾਰਿਆ ਨੂੰ ਗੁੱਸਾ ਆਇਆ ਤੇ ਅਰਜੁਨ ਜਿਹਦੇ ਕਰਕੇ ਇਹ ਸਾਰਾ ਕੁਝ ਕੀਤਾ ਗਿਆ ਸੀਗਾ ਉਹਨੂੰ ਵੀ ਸ਼ਰਮਿੰਦਗੀ ਮਹਿਸੂਸ ਹੁੰਦੀ ਹੈ ਤੇ ਉਹਨਾਂ ਨੂੰ ਇਹ ਪਤਾ ਲੱਗਦਾ ਕਿ ਕਿਸੇ ਵੀ ਦਲਿਤ ਨੂੰ ਇਸ ਤਰ੍ਹਾਂ ਸਮਾਜ ਦੇ ਵਿੱਚੋਂ ਖਤਮ ਨਹੀਂ ਕੀਤਾ ਜਾ ਸਕਦਾ ਦਰੋਣਾਚਾਰਿਆ ਨੇ ਤਾਂ ਇਹੀ ਕਰਨ ਦੀ ਕੋਸ਼ਿਸ਼ ਕੀਤੀ ਸੀਗੀ ਪਰ ਇਕਲਵਯ ਫਿਰ ਵੀ ਭਾਵ ਦਲਿਤ ਸਮਾਜ ਫਿਰ ਵੀ ਇਸ ਦੁਨੀਆ ਦੇ ਵਿੱਚ ਰਿਆ ਕੀ ਲਿਖਦਾ ਹੈ ਕਵੀ ਉਹਨਾਂ ਨੇ ਗੁਰਦਖਣਾ ਚ ਕੱਟ ਲਿਆ ਅੰਗੂਠਾ ਮੇਰਾ ਕਿ ਮੈਂ ਹੋ ਜਾਵਾਂ ਆਪਣੇ ਕਰਮ ਤੋਂ ਖਾਲੀ ਰਤਾ ਕੋ ਤੜਫ ਕੇ ਅੰਗੂਠਾ ਤਾਂ ਬਣ ਗਿਆ ਇਤਿਹਾਸ ਅੰਗੂਠੇ ਨੇ ਪਾਇਆ ਹੀਰਾ ਜਨਮ ਹੁਣ ਇਕਲਵਯ ਕੀ ਕਹਿੰਦਾ ਜੋ ਕਿ ਇੱਕ ਦਲਿਤ ਹੈ ਕਹਿੰਦਾ ਉਹਨਾਂ ਨੇ ਗੁਰਦਖਣਾ ਚ ਕੱਟ ਲਿਆ ਅੰਗੂਠਾ ਮੇਰਾ ਕਿਨੇ ਕਟਿਆ ਦਰੋਣਾਚਾਰਿਆ ਨੇ ਕਹਿੰਦਾ ਗੁਰਦਖਸ਼ਨਾ ਦੇ ਵਿੱਚ ਉਹਨਾਂ ਨੇ ਮੇਰਾ ਅੰਗੂਠਾ ਮੇ ਤੋਂ ਲੈ ਲਿਆ ਉਹਨੇ ਇਹ ਕੰਮ ਕਿਉਂ ਕੀਤਾ ਅੰਗੂਠਾ ਕਿਉਂ ਕਟਿਆ ਤਾਂ ਕਿ ਮੈਂ ਆਪਣੇ ਕਰਮ ਤੋਂ ਖਾਲੀ ਹੋ ਜਾਵਾਂ ਤਾਂ ਕਿ ਮੈਂ ਸ਼ਸਤਰ ਨਾਲ ਚਲਾ ਸਕਾਂ ਕਹਿੰਦਾ ਉਸ ਵੇਲੇ ਮੈਨੂੰ ਤਕਲੀਫ ਜ਼ਰੂਰ ਹੋਈ ਰਤਾ ਕੁ ਤੜਫ ਕੇ ਕਹਿੰਦਾ ਮੈਂ ਤੜਫਿਆ ਜ਼ਰੂਰ ਪਰ ਕਹਿੰਦਾ ਇਹ ਅੰਗੂਠਾ ਕੱਟ ਹੋਣ ਦੇ ਕਰਕੇ ਇਤਿਹਾਸ ਬਣ ਗਿਆ ਤੇ ਇਹ ਤਾਂ ਗੱਲ ਆਪਾਂ ਨੂੰ ਪਤਾ ਹੀ ਹੈ ਇਸੇ ਕਰਕੇ ਜੇਕਰ ਉਹ ਨਾ ਕੱਟਦਾ ਦਰੁਣਾਚਾਰਿਆ ਅੰਗੂਠਾ ਨਾ ਕੱਟਦਾ ਫਿਰ ਤਾਂ ਇਕਲਵਯਾ ਦਾ ਨਾਮ ਸ਼ਾਇਦ ਇਤਿਹਾਸ ਵਿੱਚ ਹੁੰਦਾ ਹੀ ਨਾ ਉਹ ਕਟਣ ਕਰਕੇ ਇਤਿਹਾਸ ਦੇ ਵਿੱਚ ਦਰਜ ਹੋ ਗਿਆ ਕਹਿੰਦਾ ਇਸ ਅੰਗੂਠੇ ਦੇ ਕਰਕੇ ਇਹਦੇ ਕਟੇ ਜਾਣ ਕਰਕੇ ਹੀ ਕਹਿੰਦਾ ਮੈਨੂੰ ਹੀਰਾ ਜਨਮ ਪ੍ਰਾਪਤ ਹੋਇਆ ਭਾਵ ਬਹੁਮੁੱਲਾ ਜੀਵਨ ਪ੍ਰਾਪਤ ਹੋਇਆ ਤੇ ਇਤਿਹਾਸ ਦੇ ਵਿੱਚ ਉਹ ਹਮੇਸ਼ਾ ਜਿਉਂਦਾ ਹੈ ਤੇ ਇਸੇ ਅੰਗੂਠੇ ਦੇ ਕਰਕੇ ਉਹ ਜਿਉਂਦਾ ਹੈ ਅੱਗੇ ਕਹਿੰਦਾ ਹੁਣ ਅੰਗੂਠਾ ਗੁਰਦਖਣਾ ਸਮੇਤ ਸਫਰ ਕਰਦਾ ਹੈ ਹੁਣ ਉਹ ਹੁਣ ਦੇ ਸਮੇਂ ਦੀ ਗੱਲ ਕਰਦਾ ਹੈ ਕਿ ਮਹਾਭਾਰਤ ਦੇ ਯੁੱਗ ਦੇ ਵਿੱਚ ਜੋ ਹੋ ਗਿਆ ਹੋ ਗਿਆ ਪਰ ਹੁਣ ਦੇ ਸਮੇਂ ਦੇ ਵਿੱਚ ਇਹ ਕਹਿੰਦਾ ਅੰਗੂਠਾ ਗੁਰਦਖਣਾ ਦੇ ਸਮੇਤ ਹੀ ਜਿਉਂਦਾ ਹੈ ਸਫਰ ਕਰਦਾ ਹੈ ਮਾਨਵ ਜਾਤੀ ਦਾ ਹੰਗਾਰਾ ਹੈ ਇਸ ਕੋਲ ਕਿਉਂਕਿ ਹੁਣ ਇਹ ਦਲਿਤ ਕਿਉਂ ਕਾਇਮ ਹੈ ਕਿਉਂਕਿ ਸਾਰੀ ਮਾਨਵ ਜਾਤੀ ਇਹਦੇ ਨਾਲ ਹੈ ਖੜਦੀ ਹੈ ਇਸ ਕੋਲ ਹਨਰ ਦਾ ਸੋਹਜ ਹੈ ਸਾਰਾ ਗੈਰ ਹਾਜ਼ਰ ਹੋ ਕੇ ਵੀ ਹਰ ਨਿਸ਼ਾਨੇ 'ਚ ਹਾਜ਼ਰ ਹੈ ਇਹ ਕਟਿਆ ਅੰਗੂਠਾ ਤੇ ਕੀ ਕਹਿੰਦਾ ਹੈ ਕਿ ਭਾਵੇਂ ਦਲਿਤ ਸਮਾਜ ਦੇ ਵਿੱਚ ਹਨਰ ਵਾਲਿਆਂ ਦੇ ਨਾਲ ਧੱਕਾ ਲੋਕ ਸਮੇਂ-ਸਮੇਂ ਤੇ ਕਰਦੇ ਆਏ ਆ ਪਰ ਕਹਿੰਦਾ ਅੱਜ ਦੇ ਸਮੇਂ ਵਿੱਚ ਭਾਵੇਂ ਇਸ ਹੱਥ ਦਾ ਅੰਗੂਠਾ ਕੱਟ ਦਿੱਤਾ ਹੈ ਪਰ ਕਹਿੰਦਾ ਇਹ ਹੱਥ ਹਰ ਤਰ੍ਹਾਂ ਦਾ ਹਨਰ ਸਿਰਜਣ ਦੇ ਸਮਰੱਥ ਹੈ ਭਾਵੇਂ ਇਹ ਅੰਗੂਠਾ ਉਸ ਹੱਥ ਦੇ ਨਾਲ ਹੈ ਨਹੀਂ ਤੇ ਗੈਰ ਹਾਜ਼ਰ ਹੈ ਪਰ ਫੇਰ ਵੀ ਗੈਰ ਹਾਜ਼ਰੀ ਦੇ ਵਿੱਚ ਵੀ ਇਹ ਹਰ ਤਰ੍ਹਾਂ ਦਾ ਨਿਸ਼ਾਨਾ ਲਾ ਸਕਦਾ ਹੈ ਮਤਲਬ ਹੁਣ ਦੇ ਸਮੇਂ ਦੇ ਵਿੱਚ ਦਲਿਤ ਕੁਝ ਵੀ ਕਰ ਸਕਦਾ ਹੈ ਉਹਨੂੰ ਰੋਕਿਆ ਨਹੀਂ ਜਾ ਸਕਦਾ ਉਹਨੂੰ ਡਰਾਇਆ ਨਹੀਂ ਜਾ ਸਕਦਾ ਕਹਿੰਦਾ ਇਹ ਜਦ ਵੀ ਕਦੇ ਫੜ ਲੈਂਦਾ ਹੈ ਤਨੂਸ਼ ਚਿੱਥਾ ਪੈਂਦਾ ਹੈ ਅਰਜੁਨ ਤੇ ਅਜ ਉਹੀ ਦਲਿਤ ਜਿਹਦਾ ਅੰਗੂਠਾ ਕੱਟ ਲਿਆ ਗਿਆ ਸੀਗਾ ਜਦੋਂ ਆਪਣੇ ਕੱਟੇ ਹੋਏ ਅੰਗੂਠੇ ਵਾਲੇ ਹੱਥ ਦੇ ਨਾਲ ਉਹ ਤਨੂਸ਼ ਫੜਦਾ ਤੇ ਨਿਸ਼ਾਨੇ ਲਾਂਦਾ ਤਾਂ ਕਹਿੰਦਾ ਅ ਅੰਗੂਠੇ ਨੂੰ ਕਟਵਾਉਣ ਦੇ ਵਿੱਚ ਰੋਲ ਲਵਾਉਣ ਵਾਲਾ ਅਰਜੁਨ ਵੀ ਛਿੱਥਾ ਪੈ ਜਾਂਦਾ ਹੈ ਸ਼ਰਮਿੰਦਾ ਹੋ ਜਾਂਦਾ ਹੈ ਕ੍ਰੋਧ ਚ ਭਖਦਾ ਹੈ ਦਰੋਣਾਚਾਰਿਆ ਤੇ ਹੁਣ ਦਰੋਣਾਚਾਰਿਆ ਕੌਰਵ ਤੇ ਪਾਂਡਵਾਂ ਦਾ ਗੁਰੂ ਸੀਗਾ ਉਹ ਕਹਿੰਦਾ ਕ੍ਰੋਧ ਦੇ ਵਿੱਚ ਭਖਣਾ ਸ਼ੁਰੂ ਹੋ ਜਾਂਦਾ ਹੈ ਕਿ ਮੈਂ ਤਾਂ ਕੁਛ ਚਾਹੁੰਦਾ ਸੀਗਾ ਤੇ ਹੋਇਆ ਕੁਛ ਹੈ ਆਪਣੇ ਚਿੱਤੋਂ ਤਾਂ ਉਹਨਾਂ ਨੇ ਮੁਕਾ ਦਿੱਤੀ ਸੀ ਕਹਾਣੀ ਅਸ਼ੂਤ ਹੋਣ ਦੀ ਤੇ ਉਹਨਾਂ ਨੇ ਹੁਣ ਦਰੋਣਾਚਾਰਿਆ ਦਾ ਅੰਗੂਠਾ ਕਿਉਂ ਕਟਿਆ ਜੇਕਰ ਉਹ ਨਾ ਕੱਟਦਾ ਉਹਨੂੰ ਐਦਾਂ ਲੱਗਦਾ ਸੀਗਾ ਕਿ ਫਿਰ ਤਾਂ ਇਸ ਦਲੇਤ ਨੇ ਮਸ਼ਹੂਰ ਹੋ ਜਾਣਾ ਤੇ ਜੇਕਰ ਮੈਂ ਦਾ ਅੰਗੂਠਾ ਕੱਟ ਲਮੈਂ ਦੀ ਕਹਾਣੀ ਇੱਥੇ ਹੀ ਖਤਮ ਹੋ ਜਾਣੀ ਹੈ ਪਰ ਉਹ ਤਾਂ ਸਮਾਂ ਕਿ ਦਰੋਣਾਚਾਰ ਦੇ ਅੰਗੂਠਾ ਕੱਟਣ ਦੇ ਨਾਲ ਵਧੇਰੇ ਮਸ਼ਹੂਰ ਹੋ ਗਿਆ ਇਸ ਕਰਕੇ ਦਰੋਣਾਚਾਰ ਨੂੰ ਵਧੇਰੇ ਕ੍ਰੋਧ ਆਉਂਦਾ ਪਰ ਉਹ ਕੀ ਜਾਣਨ ਕਿਸੇ ਦਾਤਰ ਜਾਂ ਤਲਵਾਰ ਨਾਲ ਇਹ ਵਾਰ-ਵਾਰ ਕੱਟ ਹੋ ਕੇ ਹੱਥਾਂ ਤੋਂ ਕਦ ਅਲੱਗ ਹੁੰਦੇ ਹਨ ਸੋ ਇਸ ਤਰ੍ਹਾਂ ਅ ਦਲਿਤ ਇਕਲਵਯਾ ਦਾ ਕਹਿਣਾ ਹੈ ਕਿ ਜਿਨ੍ਹਾਂ ਨੇ ਮੇਰਾ ਅੰਗੂਠਾ ਵਢਿਆ ਇਹਨਾਂ ਨੂੰ ਇਹ ਨਹੀਂ ਪਤਾ ਕੇ ਭਾਵੇਂ ਜਿੰਨਾ ਮਰਜੀ ਤੁਸੀਂ ਦਾਤਰ ਜਾਂ ਤਲਵਾਰ ਦੇ ਨਾਲੇ ਸੰਗੂਠੇ ਨੂੰ ਕੱਟ ਲਓ ਪਰ ਫੇਰ ਵੀ ਇਹਨੂੰ ਤੁਸੀਂ ਕੱਟ ਨਹੀਂ ਸਕਦੇ ਇਹਨੂੰ ਤੁਸੀਂ ਹੱਥਾਂ ਤੋਂ ਅਲੱਗ ਨਹੀਂ ਕਰ ਸਕਦੇ ਹੱਥਾਂ ਤੋਂ ਕਦ ਅਲੱਗ ਹੁੰਦੇ ਹਨ ਕਟਿਆ ਅੰਗੂਠਾ ਕਟਿਆ ਅੰਗੂਠਾ ਵੀ ਤਾਂ ਆਪਣੀ ਕਹਾਣੀ ਆਪ ਘੜਦਾ ਹੈ ਵਗਦੇ ਪਾਣੀ ਤੇ ਬਲਦੇ ਹਰਫ ਆਪ ਲਿਖਦਾ ਹੈ ਉਹ ਹੈ ਸਿਆਰੇ ਕੀ ਜਾਣਣ ਕਹਾਣੀ ਕਦ ਕਦ ਖਤਮ ਹੋਈ ਹੈ ਹੋਈਏ ਅੰਗੂਠਾ ਕੱਟੇ ਜਾਣ ਤੋਂ ਬਾਅਦ ਵੀ ਸੋ ਇਸ ਤਰ੍ਹਾਂ ਕਵੀ ਦਾ ਕਹਿਣਾ ਹੈ ਕਿ ਕਟਿਆ ਹੋਇਆ ਅੰਗੂਠਾ ਵੀ ਬੇਕਾਰ ਨਹੀਂ ਹੁੰਦਾ ਉਹ ਵੀ ਆਪਣੀ ਕਹਾਣੀ ਆਪ ਘੜਨ ਦੇ ਯੋਗ ਹੁੰਦਾ ਹੈ ਤੇ ਆਪਣੀ ਕਹਾਣੀ ਆਪ ਸਿਰਜਦਾ ਤੇ ਉਹ ਵਗਦੇ ਪਾਣੀ ਦੇ ਉੱਤੇ ਵੀ ਆਪ ਸ਼ਬਦ ਲਿਖਣ ਦੀ ਸਮਰੱਥਾ ਰੱਖਦਾ ਹੈ ਮਤਲਬ ਇਤਿਹਾਸ ਦੇ ਵਿੱਚ ਆਪਣਾ ਨਾਮ ਦਰਜ ਕਰਵਾਉਣ ਦੀ ਯੋਗਤਾ ਰੱਖਦਾ ਤੇ ਦਰੋਣਾਚਾਰਿਆ ਵਰਗਿਆਂ ਨੂੰ ਜਾਂ ਕੌਰਵ ਪਾਂਡਵਾਂ ਨੂੰ ਇਹ ਪਤਾ ਹੀ ਨਹੀਂ ਲੱਗਦਾ ਕਿ ਕੰਗੂਠਾ ਕੱਟ ਦੇਣ ਦੇ ਨਾਲ ਇਹਨਾਂ ਦਲਿਤਾਾਂ ਦੀ ਕਹਾਣੀ ਖਤਮ ਨਹੀਂ ਹੋ ਜਾਂਦੀ ਸਗੋਂ ਉਹ ਹੋਰ ਵੀ ਅੱਗੇ ਵਧਦੀ ਹੈ ਤੇ ਕੁਝ ਨਾ ਕੁਝ ਕ੍ਰਾਂਤੀਕਾਰੀ ਅ ਘਟਨਾਵਾਂ ਵਾਪਰਦੀਆਂ ਸੋ ਇਹ ਹੈ ਕਵਿਤਾ ਅੰਗੂਠਾ ਮਹਾਪਾਰਤ ਵਿੱਚੋਂ ਅ ਇਤਿਹਾਸਕ ਅੰਛਾ ਨੂੰ ਲੈ ਕੇ ਕਵੀ ਦੇ ਦੁਆਰਾ ਰਚੀ ਗਈ ਤੇ ਅਗਰ ਇਹ ਵੀਡੀਓ ਤੁਹਾਨੂੰ ਲਾਹੇਵੰਦ ਲੱਗੇ ਤਾਂ ਇਹਨੂੰ ਲਾਈਕ ਕਰੋ ਆਪਣੇ ਦੋਸਤਾਂ ਨਾਲ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਨਵਾਦ